ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਸਾਰੇ? ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਣੇ ਖੇਤਾਂ ਵਿੱਚ ਆਪਣਾ ਲੇਜ਼ਰ ਲੈਵਲ ਹੋ ਰਿਹਾ ਜੀ। ਇਹਨਾਂ ਦੇ ਲੇਜ਼ਰ ਲੈਵਲ ਦੇ ਬਹੁਤ ਫਾਇਦੇ ਹੈ ਜੀ। ਇੱਕ ਤਾਂ ਫਸਲ ਨੂੰ ਬਰਾਬਰ ਪਾਣੀ ਲੱਗਦਾ ਹੈ। ਇੱਥੇ ਆਪਾਂ ਪਹਿਲਾਂ ਪਾਪੂਲਰ ਲਗਾਏ ਹੋਏ ਸੀ ਬੂਟੇ, ਉਹ ਹੁਣ ਪਟਾਏ ਹੈ, ਤਾਂ ਕਰਕੇ ਜ਼ਰੂਰੀ ਹੈ, ਜ਼ਰੂਰੀ ਸੀਗਾ ਇਹ ਜੀਰੋ ਲੈਵਲ ਕਰਾਉਣਾ। ਲੇਜ਼ਰ ਲੈਵਲ ਵੀ ਕਹਿ ਦਿੰਦੇ ਆ ਅਤੇ ਆਪਾਂ ਕਹੀ ਜੀਰੋ ਲੈਵਲ ਵੀ ਕਹਿ ਦਿੰਦੇ ਹਾਂ ਇਹਨੂੰ। ਇਹ ਆਪਾਂ ਪਹਿਲਾਂ ਤਵੀਆਂ ਨਾਲ ਵਾਹਤਾ ਸੀਗਾ ਖੇਤ ਨੂੰ, ਬੂਟੇ ਪਟਾਏ ਸੀ, ਇਹ ਫਿਰ ਇਹਨਾਂ ਨੂੰ ਫਾਲਿਆਂ ਨਾਲ ਵਾਹਤਾ ਅਤੇ ਫਿਰ ਸੁਹਾਗੇ ਨਾਲ ਮਿੱਟੀ ਲਾ ਦਿੱਤੀ ਹੈ ਜੀ ਵੱਟਾਂ ਪਰ ਇਹਦੇ ਆਲੇ ਦੁਆਲੇ। ਫਿਰ ਹੁਣ ਇੱਕ ਟਰੈਕਟਰ ਹੋਰ ਨਾਲ ਲਾਉਣਾ ਅਤੇ ਫਿਰ ਲੈਵਲ ਹੋ ਜਾਣਾ ਜੀ। ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੈ ਤਾਂ ਇਹਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰ ਦਿਓ। ਜੇ ਚੈਨਲ 'ਤੇ ਨਵੇਂ ਆਏ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਧੰਨਵਾਦ।